ਰੇਟ ਰਾਤੀ ਵੱਧ ਗਏ ਟੋਲ ਪਲਾਜ਼ਾ ਤੇ ਅਸੀਂ ਤਾਂ ਬਹੁਤ ਪਰੇਸ਼ਾਨ ਆ ਫਿਰ ਰੇਟ ਵੱਧ ਗਿਆ ਤਾਂ ਕੀ ਕਹਿਣਾ ਚਾਹੁੰਦੇ ਜਿਹੜੇ ਦਿੰਦੇ ਸਾਡੇ ਡਾਕਾ ਪੈ ਰਿਹਾ ਲੋਕਾਂ ਦੀ ਜੇਬ ਤੇ ਜਿਹੜੇ ਆਪਾਂ ਮਾਲਕਾਂ ਦੇ ਖਾਤੇ ਪੈਂਦੇ ਚਲੋ ਅਸੀਂ ਨੌਕਰ ਆ ਇਹ ਮਾਲਕਾਂ ਨੂੰ ਤਾਂ ਘਾਟਾ ਪੈਂਦਾ ਹਾਂਜੀ ਹਾਂਜੀ ਜਿੱਦਾਂ ਇਲੈਕਸ਼ਨ ਆ ਰਹੇ ਸੀ ਨਾਲ ਹੀ ਟੋਲ ਵੱਧ ਗਿਆ ਹਾਂਜੀ ਇਹ ਮਾੜੀ ਗੱਲ ਆ ਹਾਂਜੀ ਹਾਂਜੀ ਇਹ ਸਰਕਾਰ ਨੂੰ ਚਾਹੀਦਾ ਇਹ ਘਟਾਉਣੇ ਚਾਹੀਦੇ ਸਮਾਂ ਵਧਾਈ ਜਾਂਦੇ ਇਹ ਹਾਂਜੀ ਕੀ ਮੰਗ ਕਰਦੇ ਮੰਗ ਕਰਦੇ ਨੇ ਟੋਲ ਟੈਕਸ ਘਟਾਉਣ ਮਹਿੰਗਾਈ ਆ ਜਿਹੜੀ ਵੱਧਦੀ ਜਾਂਦੀ ਆ ਘਟਾਉਣ ਲੱਡ ਵਾਲਾ ਪਤਾ ਨਹੀਂ ਕਿਹੜਾ ਅਸੀਂ ਲੱਡ ਵਾਲਾ ਲਈ ਅੱਜ ਫਿਰ ਰੇਟ ਵਧਾ ਕੇ ਇਹਨਾਂ ਨੇ ਸਾਲ ਤੀਜੀ ਵਾਰ ਵਧਾ ਦਿੱਤੀ ਤੀਜੀ ਵਾਰੀ ਰੇਟ ਵੱਧ ਚੁੱਕੇ ਆ ਕੀ ਕਹਿਣਾ ਚਾਹੋਗੇ ਉਹ ਕਹਿਣਾ ਕੀ ਆ ਬਸ ਆਮ ਆਦਮੀ ਸਰਕਾਰ ਨੇ ਤੁਹਾਨੂੰ ਪਤਾ ਹੀ ਹੈ ਕਿਹੜਾ ਕੰਮ ਕਰਿਆ ਕੋਈ ਚੱਜ ਦਾ ਕੰਮ ਨਹੀਂ ਕਰਿਆ ਪਿੱਛੇ ਖਰਾਬ ਪਈਆਂ ਅੱਗੇ ਜਾ ਹੁਣ ਅਸੀਂ ਜਾਣਾ ਵਿਆਹ ਜਾਣਾ ਔਰ ਰਈਏ ਦੇ ਕੋਲ ਸਾਰੀ ਪੱਟੀ ਪਈ ਆ ਨਾ ਕੋਈ ਰੋਡ ਸਹੀ ਆ ਨਾ ਕੁਛ ਆ ਅਗਰ ਤਿੰਨ ਤੀਜੀ ਵਾਰ ਇਹਨਾਂ ਟੋਲ ਵਧਾਤਾ ਇਹ ਦੱਸੋ ਹੁਣ ਕਿਆ ਕਰੀਏ ਇਹਦਾ ਤੁਸੀਂ ਦੱਸੋ ਜਿਹੜਾ ਪੰਜਾਬ ਦਾ ਆਮ ਆਦਮੀ ਕੀ ਕਰੇਗਾ ਆਮ ਆਦਮੀ ਪੰਜਾਬ ਦਾ ਮਹਿੰਗਾ ਟੋਲ ਪਲਾਜ਼ਾ ਕੀ ਕਹਿਣਾ ਚਾਹੁੰਦੇ ਮਹਿੰਗਾ ਬਾਈ ਜੀ ਇਹ ਤਾਂ ਜੇਬ ਸਰੇਆਮ ਠੱਗੀ ਹੋ ਰਹੀ ਆ ਜੇਬ ਤੇ ਅਸਰ ਪੈ ਰਿਹਾ ਕਿੱਦਾਂ ਜੇਬ ਤੇ ਸਾਡਾ ਇਹਦੇ ਕਰਕੇ ਬਚਾ ਹੋ ਰਿਹਾ ਥੋੜਾ ਬੋਤਾ ਨਹੀਂ ਇਹ ਡਬਲ ਡਬਲ ਪਰਚੀਆਂ ਕੱਟਦੇ ਨੇ ਹੁਣ ਤੀਜੀ ਵਾਰ ਟੋਲ ਵਧਿਆ ਤੀਜਾ ਰੇਟ ਵੱਧ ਗਿਆ ਫਿਰ ਜੇ ਆਪਾਂ ਕੈਸ਼ ਦੇਈਏ ਕੈਸ਼ 'ਚ ਤੀਗਰਾ ਰੇਟ ਹੋਊਗਾ ਤੁਸੀਂ ਆਪ ਦੇਖ ਲਓ ਇੱਕ ਪਾਸੇ ਦਾ ਡਬਲ ਪਰਚੀ ਕੱਟਦੇ ਨੇ ਆਉਂਦੇ ਆਉਂਦੇ ਟੋਲ ਲਾਡੋ ਵਾਲ ਟੋਲ ਪਲਾਜ਼ਾ ਤੇ ਖੜੇ ਆ ਜੀ ਇਹ ਜਿਹੜੇ ਟੋਲ ਪਲਾਜ਼ੇ ਦੇ ਵਾਰ ਵਾਰ ਰੇਟ ਵੱਧ ਰਹੇ ਨੇ ਮਾੜੀ ਗੱਲ ਹੈ ਵੈਸੇ ਸਰਕਾਰ ਨੂੰ ਚਾਹੀਦਾ ਇਸ ਚੀਜ਼ ਵੱਲ ਧਿਆਨ ਦੇਣਾ ਤੇ ਇਸ ਚੀਜ਼ ਦਾ ਇਹ ਹੈ ਕਿ ਦੇਖੋ ਰੋਡ ਗੱਡੀਆਂ ਪਹਿਲਾਂ ਵੀ ਟੈਕਸ ਦਿੰਦੀਆਂ ਨੇ ਫਿਰ ਉਤਰਨ ਤੋਂ ਬਾਅਦ ਰੋਡ ਤੇ ਫਿਰ ਵੀ ਟੈਕਸ ਦਿੰਦੀਆਂ ਨੇ ਤੇ ਇਹ ਚੀਜ਼ ਜਨਤਾ ਦੀ ਜੇਬ ਦੇ ਉੱਤੇ ਬਹੁਤ ਜ਼ਿਆਦਾ ਭਾਰ ਅਸਰ ਪਾ ਰਹੀਆਂ ਨੇ ਤੇ ਇਸ ਚੀਜ਼ ਵੱਲ ਹਰ ਸਰਕਾਰ ਦੇ ਹਰ ਇੱਕ ਮਹਿਕਮਾ ਜਿਹੜਾ ਇਹਦੇ ਨਾਲ ਡੀਲ ਕਰਦਾ ਉਹਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਰੂਟੀਨ ਦੇ ਵਿੱਚ ਜਿਹੜੇ ਜਾ ਰਹੇ ਉਹਨਾਂ ਦਾ ਬਹੁਤ ਜ਼ਿਆਦਾ ਫਰਕ ਪੈ ਰਿਹਾ ਬਿਲਕੁਲ ਜੀ ਬਿਲਕੁਲ ਜਿਹੜੇ ਰੈਗੂਲਰ ਜਿਹੜੇ ਟਰੱਕਾਂ ਵਾਲੇ ਹੋ ਗਏ ਜਾਂ ਜਿਹੜੇ ਰੈਗੂਲਰ ਪਾਸ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਫਰਕ ਪੈ ਰਿਹਾ ਮੈਂ ਇਸ ਚੀਜ਼ ਦਾ ਅੱਜ ਹੀ ਪੜ੍ਹਿਆ ਇੱਕ ਨਿਊਜ਼ ਮੀਡੀਆ ਦੇ ਥਰੂ ਕਿ ਇਸ ਜਿਹੜਾ 7300 ਕੁਛ ਰੁਪਏ ਰੇਟ ਹੋ ਗਿਆ ਹੈ ਤੇ ਉਹ ਚੀਜ਼ ਬਹੁਤ ਜ਼ਿਆਦਾ ਜੇਬਾਂ ਦੇ ਅਸਰ ਪਾਏਗੀ ਫਿਰ ਉਹਦੇ ਨਾਲ ਮਹਿੰਗਾਈ ਹੋਰ ਜ਼ਿਆਦਾ ਜਿਹੜੇ ਟਰੱਕ ਟਰਾਂਸਪੋਰਟੇਸ਼ਨ ਦੇ ਲਈ ਯੂਜ਼ ਹੁੰਦੇ ਨੇ ਉਸ ਚੀਜ਼ ਤੇ ਵੀ ਬਹੁਤ ਅਸਰ ਪਾਏਗੀ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਜਾਂ ਤਾਂ ਜੇ ਲਾਡੋਵਾਲ ਟੋਲ ਪਲਾਜ਼ਾ ਦਾ ਖਤਮ ਹੋ ਚੁੱਕਾ ਕੰਟਰੈਕਟ ਤਾਂ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਟੋਲ ਪਲਾਜ਼ਾ ਹੈ ਇਹਨਾਂ ਨੇ ਜਿਹੜਾ ਡਿਵੈਲਪਮੈਂਟ ਕਰਨੀ ਸੀ ਉਹ ਕਰ ਚੁੱਕੇ ਨੇ ਅੱਗੇ ਦੀ ਅੱਗੇ ਕੰਟਰੈਕਟਰ ਬਦਲੇ ਜਾ ਰਹੇ ਨੇ ਲੇਕਿਨ ਫਿਰ ਵੀ ਇਸ ਚੀਜ਼ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਇਹਨੂੰ ਬੰਦ ਕੀਤਾ ਜਾਵੇ ਕੋਈ ਨਜਾਇਜ਼ ਲੈ ਰਹੇ ਘਟਾਓ ਇਹਨਾਂ ਨੂੰ ਬੀਜੇਪੀ ਸਰਕਾਰ ਜਿਹੜੀ ਹਿੰਦੁਸਤਾਨ ਨੂੰ ਖਤਮ ਕਰਨ ਤੇ ਆਈ ਹੋਈ ਆ ਇਹ ਸਾਰਾ ਹਿੰਦੁਸਤਾਨ ਵੇਚ ਗਈ ਇਹਨਾਂ ਨੇ ਦਮ ਲੈਣਾ ਤੁਸੀਂ ਦੇਖੋ ਇੰਨੀ ਆਮ ਪਬਲਿਕ ਤੇ ਇੰਨਾ ਬੋਝ ਪੈ ਰਿਹਾ ਇਹਨਾਂ ਨੂੰ ਚੰਗਾ ਭਲਾ ਪਤਾ ਵੀ ਇਹ ਸਿੱਖਾਂ ਦੇ ਇਤਿਹਾਸਿਕ ਸਥਾਨ ਨੂੰ ਰਸਤਾ ਜਾਂਦਾ ਗੋਲਡਨ ਟੈਂਪਲ ਨੂੰ ਤੇ ਦਰਬਾਰ ਸਾਹਿਬ ਸਾਰੀ ਦੁਨੀਆ ਜਾਂਦੀ ਆ ਤੇ ਇਸ ਕਰਕੇ ਇਹਨਾਂ ਨੇ ਇੱਥੇ ਲੁੱਟ ਪਸੁੱਟ ਲਈ ਆ ਟੋਲ ਪਲਾਜ਼ਾ ਲਾਇਆ ਹੈ ਤੇ ਇਹਦਾ ਟਾਈਮ ਵੀ ਪੂਰਾ ਹੋ ਗਿਆ ਤਾਂ ਵੀ ਇੱਥੋਂ ਨੂੰ ਚੱਕਦੇ ਤੇ ਤੁਸੀਂ ਇਹ ਦੇਖੋ ਵੀ ਇੱਕ ਸਾਲ 'ਚ 3 ਵਾਰੀ ਇਹਦਾ ਟੋਲ ਟੈਕਸ ਦਾ ਰੇਟ ਵੱਧ ਗਿਆ ਇਹਦੇ ਲਈ ਕੋਈ ਆਵਾਜ਼ ਨਹੀਂ ਉਠਾ ਰਿਹਾ ਰਵਨੀਤ ਬਿੱਟੂ ਜਿਹੜਾ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਜਾ ਕੇ ਬਿੱਟੂ ਦੀ ਗੋਦੀ 'ਚ ਬਹਿ ਗਿਆ ਇਹ ਖੁਦ ਇੱਥੇ ਟੋਲ ਤੇ ਆਇਆ ਸੀ ਤੇ ਇੱਥੇ 3 ਕਰੋੜ ਰੁਪਏ ਲੈ ਕੇ ਤੋਂ ਉੱਠ ਗਿਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਰਵਨੀਤ ਬਿੱਟੂ ਨੂੰ ਤੂੰ MP ਦੀ ਇਲੈਕਸ਼ਨ ਨਾਲ ਲੜ ਲਈ ਲੁਧਿਆਣੇ ਜ਼ਿਲ੍ਹੇ 'ਚ ਖੜਾ ਤੇ ਤੂੰ ਕਿਹੜੇ ਮੂੰਹ ਨਾਲ ਇਲੈਕਸ਼ਨ ਲੜ ਖੜਾ ਜਦ ਤੈਨੂੰ ਪਤਾ ਨਹੀਂ ਵੀ ਪਬਲਿਕਲੀ ਤੂੰ ਕੀ ਕਰ ਰਿਹਾ ਵਾ ਘੱਟੋ ਘੱਟ ਟੋਲ ਹੀ ਟਵਾ ਦੇ ਇੱਥੋਂ ਇਹਦਾ ਟਾਈਮ ਇੰਨਾ ਲੰਘ ਗਿਆ ਤੁਸੀਂ ਦੇਖੋ ਇਹ ਨਜਾਇਜ਼ ਹੀ ਪਬਲਿਕ ਤੇ ਬੋਝ ਪੈ ਰਿਹਾ ਜੀ ਤੇ ਆਮ ਪਬਲਿਕ ਚੁੱਪ ਬੈਠੀ ਹੈ ਮੇਰੇ ਹਿਸਾਬ ਨਾਲ ਲੋਕਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ ਇਹ ਟੋਲ ਇੱਥੋਂ ਉੱਠਣਾ ਚਾਹੀਦਾ ਜੀ ਰਾਤੀ ਟੋਲ ਪਲਾਜ਼ਾ ਦਾ ਰੇਟ ਵੱਧ ਗਿਆ ਖੜੇ ਹੋ ਕੀ ਕਹਿਣਾ ਚਾਹੁੰਦੇ ਆ ਟੋਲ ਪਲਾਜ਼ਾ ਦਾ ਰੇਟ ਵੱਧ ਗਿਆ ਤੇ ਬਹੁਤ ਮਾੜੀ ਗੱਲ ਹੈ ਜੀ ਇਹ ਇੰਨਾ ਵਧਣਾ ਨਹੀਂ ਚਾਹੀਦਾ ਹੈਗਾ ਪਰਸੋਂ ਬੋਰਡ ਪੋਲ ਹੋਈ ਆ ਹਾਂਜੀ ਸਿਵੇ ਪਾਸੋਂ ਹਾਂਜੀ ਰੇਟ ਵਧਾ ਦਿੱਤਾ ਕਾਫੀ
ਇੰਨਾ ਰੇਟ ਹੋਣਾ ਨਹੀਂ ਚਾਹੀਦਾ ਜੀ, ਇਹ ਤਾਂ ਧੱਕੇਸ਼ਾਹੀ ਆ ਜੀ। ਰੇਟ ਘਟਣਾ ਚਾਹੀਦਾ ਜੀ।